ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੋਪਫੁਲ ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਅੱਜ ਵਲੋਗ ਦੀ ਜਗ੍ਹਾ ਰਿਵਿਊ ਵੀਡੀਓ ਇੱਕ ਹੋਰ ਆਏਗੀ। ਉਹ ਪਤਾ ਨਾ ਆਪਣਾ ਯਾਰ ਲਿਆ ਸੀ ਬੁਲਟ ਨਵਾਂ, ਉਹਦੇ ਰਿਵਿਊ ਦੀ ਵੀਡੀਓ ਤੁਹਾਨੂੰ ਬਣਾ ਕੇ ਸਾਰੀ ਦਿਖਾਵਾਂਗੇ। ਅਤੇ ਮਿਲਦੇ ਤੁਹਾਨੂੰ ਉਹਦੇ ਘਰ ਜਾ ਕੇ। ਜੇ ਹੁਣ ਤੁਸੀਂ ਦੇਖ ਸਕਦੇ ਹੋ, ਅਸੀਂ ਚੱਲੇ ਹਾਂ ਵਤਨ ਦੇ ਘਰ, ਉੱਥੇ ਜਾ ਕੇ ਵਲੋਗ ਸ਼ੂਟ ਐਡ ਕਰਾਂਗੇ। ਬਹੁਤ ਟਾਈਮ, ਬਹੁਤ ਦਿਨ ਹੋ ਗਏ ਸੀ ਵਲੋਗ ਨਹੀਂ ਪਾਇਆ, ਕੋਈ ਬਿਮਾਰ ਸੀ ਥੋੜ੍ਹਾ ਜਿਹਾ ਅਤੇ ਘਰਦੇ ਵੀ ਨਹੀਂ ਬਾਹਰ ਨਿਕਲਣ ਦਿੰਦੇ ਸੀ। ਪਹਿਲਾਂ ਬਰਨਾਲੇ ਸੀ, ਹੁਣ ਵਾਪਸ ਆ ਗਏ ਹਾਂ ਅਤੇ ਹੁਣ ਚੱਲੇ ਆਪਾਂ ਵਲੋਗ ਸ਼ੂਟ ਕਰਨ ਵਤਨ ਦੇ ਘਰ, ਅਤੇ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਹੈਗੇ। ਨਮਸਕਾਰ ਜੀ ਸਾਰਿਆਂ ਨੂੰ, ਅਤੇ ਹੋਪ ਸੀ ਸਾਰੇ ਘੈਂਟ ਹੋ ਗਏ ਅਤੇ ਵਲੋਗ ਨੂੰ ਬਹੁਤ ਟਾਈਮ ਹੋ ਗਿਆ, ਲੇਟ ਪਾਇਆ ਗਿਆ, ਪਰ ਵਲੋਗ ਹੁਣ ਅੱਜ ਆ ਚੁੱਕਿਆ। ਅਤੇ ਆਪਾਂ ਨਾ ਭਰਾ ਦਾ ਨਵਾਂ ਬੁਲਟ ਲਿਆ ਸੀ, ਉਹਦਾ ਤੁਹਾਨੂੰ ਅੱਜ ਰਿਵਿਊ ਦਿਖਾਵਾਂ ਸਾਰਾ ਕੁਛ। ਅਤੇ ਹੁਣ ਚੱਲਦੇ ਹਾਂ ਆਪਾਂ, ਤੁਹਾਨੂੰ ਇੱਕ ਵਾਰੀ ਬੁਲਟ 'ਤੇ ਤੁਸੀਂ ਦੇਖੋ ਸਾਰਾ। 2021 ਮਾਡਲ ਹੈਗਾ, 350 cc ਹੈਗਾ, ਚੈੱਕ ਕਰ ਲਓ। ਲੋ ਗਾਈਜ਼, ਆਪਾਂ ਕਰਦੇ ਹੁਣ ਰਿਵਿਊ ਸਟਾਰਟ, ਅਤੇ ਜ਼ਰੂਰ ਐਂਡ ਤੱਕ ਸਾਰਾ ਵਲੋਗ ਦੇਖਿਓ, ਚੈਨਲ ਕਰ ਲਓ ਗਾਈਜ਼। ਇਹਦੇ ਬੁਲਟ ਦੇ ਪਟਾਕੇ ਨਹੀਂ ਪੈਂਦੇ, ਉਹਦਾ ਤੁਹਾਨੂੰ ਰੀਜ਼ਨ ਹੁਣੇ ਦੱਸਦੇ ਕਿਉਂ ਨਹੀਂ ਪੈਂਦੇ ਹੈਗੇ, ਅਤੇ ਬਾਕੀ ਤੁਸੀਂ ਵਲੋਗ ਐਂਡ ਤੱਕ। ਇੱਥੇ ਪਹਿਲਾਂ ਕਾਰਬੇਟਰ ਹੁੰਦਾ ਸੀ, ਹੁਣ ਇੱਥੇ ਮੋਟਰ ਲਾ ਤੀ, ਜਿਹਦੇ ਨਾਲ ਹੁਣ ਇਹਦੇ ਪਟਾਕੇ ਵੀ ਨਹੀਂ ਪੈਂਦੇ। ਆਹ ਫਿਲਟਰ ਪਹਿਲਾਂ ਇੱਥੇ ਹੁੰਦਾ ਸੀ, ਹੁਣ ਇੱਥੇ ਲਗਾ ਤੇ ਆ। ਆਹ ਸੈਂਸਰ ਲਾ ਤੇ ਆਕਸੀਜਨ ਵਾਲਾ ਇੱਥੇ ਅੱਗੇ ਹੀ। ਅਗਲੇ ਇਹਦੇ ਡਿਸਪਲੇ ਹੈਗਾ, ਪਹਿਲਾਂ ਇਹ ਰੁਕਦਾ ਨਹੀਂ ਹੁੰਦਾ ਸੀ, ਹੁਣ ਜੇ ਇੱਕ ਵਾਰੀ ਬ੍ਰੇਕ ਮਾਰੇ ਤਾਂ ਜਿੱਥੇ ਰੁਕੋ ਉੱਥੇ ਹੀ ਖੜ ਜਾਂਦਾ ਹੈਗਾ, ਅਤੇ ਪਿੱਛੇ ਵੀ ਡਰੰਮ ਦਾ ਇੱਕ ਰਹਿ ਗਏ ਆ। ਪੂਰਾ ਘੈਂਟ ਬਣਾ ਤਾ ਐਕਟਿਵ ਮਾਡਲ। ਬਾਈ ਨੇ ਕਹਿੰਦੇ ਸਲੈਂਸਰ ਤਾਂ ਚੇਂਜ ਕਰਾਇਆ, ਪਰ ਬੈਂਡ ਬਾਈਕ ਨਹੀਂ ਚੇਂਜ ਕਰਾਈ। ਸਲੈਂਸਰ ਦੀ ਤੁਹਾਨੂੰ ਆਵਾਜ਼ ਆਪਾਂ ਐਂਡ 'ਤੇ ਜ਼ਰੂਰ ਸੁਣਾਵਾਂਗੇ, ਪੂਰੀ ਘੈਂਟ ਆਵਾਜ਼ ਆਈ। ਗਾਈ ਪਹਿਲਾਂ ਡਬਲ ਸਪਾਰਕ ਪਲੱਗ ਬੁਲਟਸ ਆਉਂਦੇ ਸੀ, ਹੁਣ ਇਹ ਸਿੰਗਲ ਪਲੱਗ ਹੈਗਾ, ਜਿਸ ਨਾਲ ਇਹਦੀ ਸਪੀਡ ਦੀ ਵੀ ਛੇਤੀ ਫੜਦਾ, ਸਪੀਡ ਛੇਤੀ। ਬਾਈ ਨੇ ਲੈਮੀਨੇਸ਼ਨ ਪੂਰਾ ਵਧੀਆ ਕਰਾ ਰੱਖਿਆ, ਬਾਜ ਬਣਵਾ ਰੱਖਿਆ ਸਾਰਾ, ਇੱਥੋਂ ਵੀ ਵਧੀਆ ਲੈਮੀਨੇਸ਼ਨ ਪੂਰਾ ਘੈਂਟ ਕਰਾ ਰੱਖਿਆ। ਨੰਬਰ ਪਲੇਟ ਅਜੇ ਇਹਦੀ ਆਈ ਨਹੀਂ ਹੈਗੀ, ਜਦੋਂ ਆਊਗੀ ਬਾਈ ਨੇ VIP ਨੰਬਰ ਕੀਤਾ ਹੋਇਆ, ਅਤੇ ਜਦੋਂ ਆਈ ਉਦੋਂ ਤੁਹਾਨੂੰ ਦਿਖਾਵਾਂਗੇ। ਜਿਹੜੀ ਕੰਪਨੀ ਨੇ ਲਾਈਟਾਂ ਦਿੱਤੀਆਂ ਸੀ ਉਹ ਤਾਂ ਸੜ ਗਈਆਂ ਸੀ, ਹੁਣ ਬਾਈ ਨੇ LED ਪਵਾਈਆਂ ਹੈਗੀਆਂ। ਇਹਦੇ ਰਿਫਲੈਕਟਰ ਵੀ ਲੱਗੇ ਹੈਗੇ, ਪਹਿਲਾਂ ਆਉਂਦੇ ਨਹੀਂ ਸੀ ਰਿਫਲੈਕਟਰ, ਦੋਵੇਂ ਸਾਈਡ ਹੈਗੀ ਰਿਫਲੈਕਟਰ। ਇਹ ਵੀਲ ਵੀ ਉਹੀ ਹੈ ਜਿਹੜੇ ਕੰਪਨੀ ਵੱਲੋਂ ਆਏ ਸੀ, ਕੋਈ ਨਹੀਂ ਚੇਂਜ ਕਰਾਏ ਗਏ, ਪੂਰੇ ਵਧੀਆ ਰਿਮ ਹੈਗੇ ਨੇ ਸਾਰੇ। ਬਾਈ ਕਹਿੰਦਾ ਮੈਨੂੰ ਸੋਹਣੇ ਲੱਗੇ, ਕਹਿੰਦਾ ਮੈਂ ਚੇਂਜ ਨਹੀਂ ਕਰਾਉਣੇ, ਉਹਨਾਂ ਦੇ ਰਿਮ ਸੋਹਣੇ ਆ, ਫਿਰ ਇਹਨੇ ਰੱਖੇ ਹੋਏ ਆ ਹੀ। ਬਾਈ ਨੇ ਵੇਖ ਲਿਆ ਸਮੋਕ ਟੇਪ ਕਰਾਈ ਹੈਗੀ ਹੈ, ਬਾਈ AC 'ਤੇ ਮੂਸਾ ਪਿੰਡ ਗਿਆ ਸੀਗਾ ਸਿੱਧੂ ਮੂਸੇ ਮਿਲਣ, ਆ ਚਾਬੀ ਵਿੰਗੀ ਕਰਤੀ, ਹੁਣ ਤਾਂ ਚਲੋ ਠੀਕ ਕਰ ਲਈ ਹੈਗੀ ਆ, ਬਾਕੀ ਤਾਂ ਠੀਕ ਆ ਓਕੇ। ਇੱਕ ਮਹੀਨਾ ਚੱਲ ਲਿਆ ਹੈਗਾ ਅਤੇ ਚੱਲ ਗਿਆ, ਵੇਖ ਲਓ 2500 ਚੱਲ ਗਿਆ ਹੈਗਾ ਇਹ। ਆਵਾਜ਼ ਤਾਂ ਸਹੀ ਹੈ ਪਰ ਪੁੱਠੇ ਗੇਰ ਵਾਲਾ ਉਹਨੂੰ ਨਹੀਂ ਬਣਦੀ ਹੈਗੀ, ਅਤੇ ਬਾਕੀ ਬਾਈ ਨੇ ਲੈਮੀਨੇਸ਼ਨ ਬਹੁਤ ਸੋਹਣਾ ਕਰਾ ਰੱਖਿਆ, ਪੂਰੀ ਸੋਹਣਾ ਬਣਾ ਰੱਖਿਆ ਬੁਲਟ ਨੂੰ, ਆਵਾਜ਼ ਇੱਥੇ ਇੱਕ ਤਾਂ ਸੋਹਣਾ ਬੜਾ ਲੱਗਦਾ ਪੂਰਾ, ਕਹਿੰਦਾ ਹੁਣ ਤੁਹਾਨੂੰ ਆਵਾਜ਼ ਸੁਣਾਈ ਹੈਗੀ।